ਪਰਦਾ ਲੈ ਕਰਦੇ ਹੁਣ ਪ੍ਰਧਾਨ ਦੇ ਖੇਤਾਂ ਚ ਆਏ ਤੇ ਇਹ ਸੱਪ ਦੀ ਕੰਜ ਦੇਖੋ ਇੱਧਰ ਨੂੰ ਮੋੜ ਕੇ ਤੇ ਉਹ ਤੱਕ ਪਈ ਦੇਖੋ ਬਈ ਕੰਜ ਕਿੱਡੀ ਆ ਸੱਪ ਨੇ ਤਾਰੀ ਵੀ ਬਾਕੀ ਪ੍ਰਧਾਨ ਨੇ ਜੀਰੀ ਵੱਢ ਲਈ ਆ ਰਹਿ ਗਏ ਬਾਈ ਚਾਰ ਪੰਜ ਘੇਰੇ ਹੱਸ ਵੀਰੇ ਉਹ ਹੱਸ ਵੀਰੇ ਉਹ ਜੀਰੀ ਉਹ ਪਈ ਆ क्या हो गया ਤੂੰ ਕੀ ਕਹਿੰਦਾ ਕਾਹਦੀ ਆਵਾਜ਼ ਆਉਂਦੀ ਇਹਦੀ ਮੂਰੇ ਵਾਲੇ ਦੀ ਆਉਂਦੀ ਕਾਲਾ ਕੱਚਾ ਕਹਿੰਦਾ ਉਹ ਫੋਰ ਇਹਦੀ ਆਉਂਦੀ 4x4 ਵਾਲੇ ਦੀ ਹਾਂ ਕਹਿੰਦੇ ਕਾਲੂ ਦੇਖ ਕੇ ਜਾਓਗੇ ਜੱਸੀ ਵਾਲੇ ਕਹਿੰਦੇ ਹਾਂ ਢਿੱਲਾ ਹੋ ਗਿਆ ਪਤਾ ਨਹੀਂ ਕਹਿੰਦੇ ਵਿੱਚ ਕੋਈ ਹੋਰ ਫੇ ਪ੍ਰਧਾਨ ਜੀ ਦੀ ਜੀਰੀ ਬਹੁਤ ਵਧੀਆ ਨਿਕਲੀ ਵਧੀਆ ਝਾੜ ਹਾਂ ਕਿਰਪਾ ਕਰੀ ਆ ਯਾਰ ਉਹ ਦੇਖਣੇ ਨੂੰ ਸ਼ਿੱਦੀ ਲੱਗਦੀ ਆ ਝੁੰਡਾ ਮੈਂ ਤੈਨੂੰ ਕਹੀ ਜਾਂਦਾ ਉਹ ਦੇਖਣੇ ਬਹੁਤ ਸ਼ਿੱਦੀ ਲੱਗਦੀ ਆ ਲਵਾਈ ਚ ਲਵਾਈ ਚ ਸ਼ਿੱਦੀ ਆ ਬੱਲ ਹੋਣੀ ਆ ਹਾਂ ਛਿੱਟਾ ਬਹੁਤ ਆ ਦਲਵੀਰ ਪਿੱਛੇ ਨੂੰ ਮੁੜਿਆ ਇਹਨੂੰ ਵੀ ਸੱਪ ਲੱਗਿਆ ਡਰ ਗਿਆ ਦਾ ਮਿਲੋ ਜੀ ਦੇਸੀ ਕਿੱਦਾਂ ਜੱਸੀ ਹੋਰ ਬੜਾ ਟਰਾਲਾ ਆਊਗਾ ਨਾ ਜੇ ਵੱਤ ਆਊਗਾ ਟਰੈਕਟਰ ਦਾ ਓਨਾ ਜ਼ੋਰ ਘੱਟ ਲੱਗੂਗਾ ਭੱਜ ਕੇ ਨਿਕਲਿਆ ਉਹ ਬਾਈ ਪੈਂਚਰ ਵਾਲਾ ਬਾਹਰ ਕਾਲੇ ਨੂੰ ਮੁੱਚੀ ਜੋੜਾ ਪਰਲਾ ਚੱਕ ਹੋ ਗਿਆ ਭੈਣ ਪੁੱਟਾ ਹੋ ਜਾਣਾ ਤਾ ਉਹਨੇ ਬਹੁਤ ਔਖਾ ਦਾ ਭੈਣ ਨੂੰ ਫਿਰ ਇੱਧਰ ਡਰਾਈਵਰ ਦਾ ਟਰੈਕਟਰ ਪਰ ਵੀ ਨੀ ਬੈਠੇ ਕਾਲਾ ਲੈ ਕੇ ਗਿਆ ਗੱਬੇ ਬੈਠਾ ਤੈਨੂੰ ਕਹਿ ਪਾਦੇ ਜਾਣੇ
ਪਹਿਲਾਂ ਖਿੜ ਗਏ ਤੇ ਉਧਰ ਟੈਂਕ ਭਰ ਗਿਆ ਬਹੁਤ ਪਹਿਲੇ ਗੇੜੇ ਨੂੰ ਉਛਲ ਗਿਆ ਪਾ ਜਣੇ ਹੁਣ ਦਾਣੇ ਹੁਣ ਉਧਰ ਫਿਰ ਲੱਗਣ ਗਿਆ ਥੱਲੇ ਹਾਂ ਬੂਟੇ ਦੀ ਮਾਰਤਾ ਛੋਰਾ ਹੈ ਚੱਲ ਇਹ ਤਾਂ ਇਹਦੇ ਆਪਣੇ ਪਾਸੇ ਬੂਟੇ ਬੂਟੇ ਹੀ ਬੂਟੇ ਬੂਟਾ ਹੀ ਬੂਟਾ ਗੁਰਬੀ ਕਰੀ ਦਰੇਸੀ ਬਾਈ ਅਜੀ ਯਾਰ ਦਰੇਸੀ ਕਰਾ ਦੇ ਹੈ ਝਾੜ ਬੁੱਲ ਵਧੀਆ ਵਧੀਆ ਯਾਰ ਗੁਰਪੀ ਹੌਲੀ ਪਿੱਛੇ ਨੂੰ ਆਇਆ ਕਰਦੇ ਬਸ ਹੁਣ ਨੀ ਪੈਂਦੇ ਇਹਦੇ ਨਹੀਂ ਪੈਂਦਾ ਉਹ ਨਹੀਂ ਆ ਉਹ ਤਾਰੂ ਜਾਂ ਟਰਾਲਾ ਹੈਗਾ ਉਹਦੇ ਚ ਪਾਓ ਖਿੜਨਾ ਖੜਾਉਣੇ ਜ਼ਰੂਰ ਆ ਇੱਦਾਂ ਠੀਕ ਨੀ ਦੋ ਮੌਕੇ ਹੋ ਜੂ ਦੋ ਪੈ ਜਾਣਗੇ ਕਰ ਲੈਣੀ ਸੈੱਟ ਬਾਕੀ ਦੋ ਬੰਦੇ ਆਪਣੇ ਉੱਧਰ ਖੜੇ ਆ ਉਹ ਆਹ ਟੀਸੀਆ ਕਰਕੇ ਖੁਸ਼ ਆ ਵੀ ਕੀ ਕਹਿ ਰਹੀ ਹੌਸਲਾ ਹੈ ਪਹਿਲਾਂ ਕਣਕ ਖਰਾਬ ਪ੍ਰਧਾਨ ਮੈਂ ਉਹ ਪ੍ਰਧਾਨ ਜੀ ਉਹ ਸਾਈਡਾਂ ਨੂੰ ਆਇਆ ਮੈਂ ਮੈਨੂੰ ਮੈਂ ਕਿਹਾ ਜੀਰੀ ਸਿੱਧੀ ਲਵਾਈ ਹੋਈ ਹੋਈ ਆ ਜੀਰੀ ਸਿੱਧੀ ਆ ਬੇ ਜਾ ਕੇ ਛੱਟਾ ਦੇ ਲਾ ਬਲ ਬਹੁਤ ਆ ਮੈਂ ਕਹਿੰਦਾ ਬਹੁਤੀ ਜੀਰੀ ਸੰਘਣੀ ਵੀ ਨਹੀਂ ਚਾਹੀਦੀ ਨੀ ਮੈਂ ਤੈਨੂੰ ਉਹੀ ਦੱਸਦਾ ਬਹੁਤੀ ਸੰਘਣੀ ਨੀ ਚਾਹੀਦੀ ਜੀ ਚੱਲ ਉਹਦਾ ਘਾਟਾ ਵਾਧਾ ਹੋ ਜਾਂਦਾ ਹਾਂ ਮੈਂ ਠੀਕ ਆ ਕੰਡਾ ਕਹਿ ਦੇਣਾ ਕੰਡੇ ਨੇ ਇਹਦੇ ਮੈਂ 120 ਕੁਇੰਟਲ ਪੈ ਜਾਂਦੀ ਜੀ 100 120 ਹੈ ਉਹ ਜੇ 100 ਵੀ ਹੋ ਗਈ ਤਾਂ ਵੀ ਬਦੇਰੀ ਆ ਹਾਂ ਹੈ ਬਰਾਂ ਦੀ ਜਿੰਨੀ ਹੋ ਗਈ ਬਹੁਤ ਹਾਂ ਕਿਉਂ ਨਾ ਮੈਂ ਵੀ ਕਰਨਾ ਜਿਨ੍ਹਾਂ ਦੀਆਂ ਬਾਈਆਂ ਵਿਚਾਰੇ ਨੇ ਸਬਰ ਭਾਈ ਸਬਰ ਆਹੋ ਬਹੁਤ ਹੈ ਜੇ ਟਰਾਲਾ ਹੈਗਾ ਉਹਦੇ ਮੈਂ ਪਵਾ ਦੂੰਗੇ ਪਾਇਆ ਵਾਧਾ ਨੀ ਉਹਦੇ ਚ ਟੈਂਕ ਉਹਦੇ ਮੈਂ ਕਹਿੰਦੇ WXY ਐਡ ਕਰਤਾ ਹੁਣ BMW ਜੀ ਬੀਜ ਰੱਖਿਆ ਬਾਬੂ ਜੀ ਅੱਛਾ ਪੱਲੜ ਪਾ ਦੇਣਾ ਉਹ ਪੱਲੜ ਹੈਗਾ ਮੇਰੀ ਗੱਲ ਸੁਣ ਲਾ ਕਣਕ ਮਾਰ ਗਈ ਜੇ ਜੀਰੀ ਨਾ ਝਾੜ ਦੇਗੀ ਬਸ ਫੇਰ ਕਾਹਦੀ ਗੱਲ ਹੁਣ ਜੀਰੀ ਨੇ ਭੁਲਾਉਣਾ ਝਾੜ ਹਾਂ ਜੀਰੀ ਜੀਰੀ ਬਚਾ ਜਾਵੇ ਬਹੁਤ ਆ ਕਹਿ ਨਹੀਂ ਪ੍ਰਧਾਨ ਦੇਖੋ ਖਰਚਾ ਬਹੁਤ ਆਉਂਦਾ ਵੀ ਉਹ ਬਾਕੀ ਗਵਰਨਮੈਂਟ ਅੱਗੇ ਹੱਥ ਜੋੜਦੇ ਵੀ ਜਿਹਨਾਂ ਨੁਕਸਾਨ ਹੋਇਆ ਸਰਵੇ ਕਰੋ ਜਾਂ ਬਾਅਦ ਤੇ ਫਿਰ ਕਹਦੇ ਸਰਵੇ ਹਾਂ ਬਾਅਦ ਮੈਂ ਕੋਈ ਸਰਵਾ ਨਹੀਂ ਹਾਂ ਕੋਈ ਸਰਵਾ ਨਹੀਂ ਬਾਅਦ ਚ ਸੋਚੀ ਨੇ ਬਾਈ ਠੀਕ ਆ ਹੈ ਜੀ ਨੂੰ ਠੇਕਾ ਦੇਣਾ ਬਹੁਤ ਔਖਾ ਕਣਕ ਚ ਵੀ ਘਾਟਾ
ਜਿਹੜਾ ਬੰਦਾ ਠੇਕੇ ਤੋਂ ਬਾਹਰ ਆ ਯਾਰ ਉਹਨੂੰ ਤਾਂ ਘੱਟ ਆਈ ਹੈ ਜੇ ਉਹਨੂੰ ਕਣਕ ਮਾਰ ਗਈ ਨਾਲ ਜੇ ਜੀ ਅਸੀਂ ਆਪਣੇ ਬਲੌਗ ਮਾ ਦੱਸੂਗੇ ਜਿਹੜੇ ਜਾਗਮ ਹੋਏ ਹੋਏ ਆ ਬਾਲ ਠੀਕ ਹੈ ਅਰੇ ਬੱਟ ਹੋਰਰ ਨੇ ਬਾਲ ਮਾ ਸਾਹਿਬ ਲਾ ਕੇ ਗੱਲਾਂ ਗੱਲਾਂ ਲਿਖਿਆ ਪਿਆ ਉਹ ਮੰਡਲੀ ਦਾ ਨਹੀਂ ਚਾਹੀਦਾ ਯਾਰ ਲਿਖਣਾ ਤਾਂ ਪਤਾ ਲੱਗੇ ਆਪਾਂ ਨੂੰ ਫਾਇਦਾ ਗਿਆ ਉਹੀ ਉਹ ਫਾਇਦਾ ਗਿਆ ਫਿਰ ਉਹੀ ਨੱਠੇ ਭੱਜੇ ਫਰੀ ਜਾਈਏ ਜੇ ਬੱਚੇ ਦੇ ਨਾ ਹੋਵੇ ਕਿਆ ਨਹੀਂ ਆਹੋ ਜਦ ਆਪਾਂ ਤਿੰਨੇ ਦੇ ਪਤਾ ਇਹਨਾਂ ਦੀ ਤੇਈ ਤੇਈ ਚੌਵੀ ਦੀ ਆਈ ਦੀ ਆਈ ਤੇਰੀ ਤੇਈ ਦੀ ਮੇਰੀ ਬਾਈ ਦੀ ਆਈ ਐ ਹੋਇਆ ਤਾਂ ਮੌਸਮ 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 ਦਾ ਫਰਕ ਆ ਯਾਰ ਐਸੋ ਛੱਬੀ ਠੀਕ ਲੱਗਦੀ ਆ ਗੱਬੇ ਗੱਬੇ ਬਸ ਦੇਖ ਜਿਵੇਂ ਪ੍ਰਧਾਨ ਜੀ ਡੀਸੀ ਬੈਠਾ ਜਾਂਦਾ ਤੇਰੇ ਬਾਪ ਤੇ ਖਿੱਚਣੇ ਖੇਤੀ ਮਾਹਰਾਂ ਨੇ ਕਿਆ ਸਿੱਟਾ ਕੱਢਿਆ ਤੁਸੀਂ ਰੋਲੀ ਜਾਂਦੇ ਆ ਜੀ ਝਾੜ ਫੁੱਲਾ ਬਾਈ ਝਾੜ ਫੁੱਲਾ ਹਾਂ ਸਭ ਨੂੰ ਐ ਆਉਂਦਾ ਹੌਂਸਲਾ ਆਉਂਦਾ ਡੀਸੀ ਚਾਹੀਦੀ ਆ ਜਿੰਨਾ ਮਰਜ਼ੀ ਬਜਟ ਕਰ ਦੇਵੇ ਕੰਡੇ ਨੇ ਤਾਂ ਬਾਕੀ ਆਪਣਾ ਬੋਲ ਬੋਲਣਾ ਹੀ ਆ ਕਲੀਅਰ ਹੋ ਗਿਆ ਹਾਂ ਜਾਨੀ ਸਾਨੂੰ ਟੀਸੀ ਦਾ ਹੌਸਲਾ ਕਿਹੜਾ ਪਿਛਲੀ ਵਾਰੀ ਵੀ ਇਹੀ ਪਿਛਲੀ ਵਾਰ ਯਾਦ ਆਦਮੀ ਵਾਲਾ ਭਰ ਗਿਆ ਸਾਡਾ ਟਰਾਲਾ ਇੱਕ ਹੋਰ ਕਿਹੜਾ ਸਾਡਾ ਇੱਕ ਬੋਗੂ ਦੀ ਕਸਰ ਉਹ ਜੀਰੀ ਵੀ ਉਹੀ ਸੀ ਬਸ 11 ਵਿਕੇ ਜਦ ਆਹ ਨਹੀਂ ਸੀ ਨਾ ਪ੍ਰਧਾਨ ਉਰੇ ਗਿਆ ਤਾ ਜੀ ਨਹੀਂ ਪਤਾ ਉਰੇ ਗਿਆ ਵੀ ਜੇ ਜਦ ਜੀਰੀ ਨਹੀਂ ਸੀ ਜੀਰੀ ਮਰ ਗਈ ਜਦ ਨੁਕਸਾਨ ਹੋਇਆ ਮੈਂ ਵੀਡੀਓ ਨੀ ਬਣਾਈ ਉਹਦੀ ਜਾਨੀ ਮੈਂ ਉਹੀ ਇਹਨੂੰ ਦੱਸਿਆ ਸਭ ਨੂੰ ਯਾਰ ਸਭ ਨੇ ਆਪਣਾ ਕੰਮ ਕਾਰ ਕੋਈ ਨਾ ਕੋਈ ਸੋਚੀ ਬੈਠਾ ਬਹੁਤ ਦੇਣ ਲੈਣ ਉਤਰ ਜਾਵੇ ਉਹੀ ਬਹੁਤ ਅਗਲਾ ਕੰਮ ਹਾਂ ਬੱਦਲ ਬਹੁਤ ਚੜਿਆ ਆਹੋ ਘੰਟਾ ਡੇਢ ਘੰਟਾ ਖਰਾਬ ਹੋ ਗਿਆ ਯਾਰ ਹੁਣ ਕਿਆ ਸੀਜ਼ਨ ਹੈ ਕਿਤੇ ਬਸ ਪ੍ਰਧਾਨ ਦੀ ਉਹ ਵੱਢਣੀ ਸੀ ਉਹ ਦੂਆ ਟਰੈਕਟਰ ਲਿਆਉਣਾ ਕਿ ਇਹੀ ਹਟਦਾ ਈ ਟੀ ਸੀ ਕੱਢੂੰਗਾ ਫਿਰ ਬਸ ਉਦੋਂ ਹੀ ਪਾਦੀ ਅੱਜ ਵੀ ਲਾਗੀ ਟੀ ਸੀ ਆ ਉਹ ਆਦਮੀਰ ਜਿਹੜੀ ਗੱਲ ਬਣਾਉਣੀ ਸੀ ਬਣ ਗਈ ਆ ਲੋ ਬਈ ਟੀ ਸੀ ਲੱਗ ਗਈ ਹੈ ਨਾ ਤਸੱਲੀ ਵਾਲੀ ਹੈ
ਸਾਰੇ ਪਾਸੇ ਦੇ ਫੁੱਲ ਆ ਯਾਰ।